8-10 ਸਾਲ ਹੋ ਗਏ ਇੱਥੇ, ਇਕੱਠ ਤਾਂ ਹੁੰਦੇ ਪਰ ਮਸਲਾ ਹੱਲ ਨਹੀਂ ਹੁੰਦਾ। ਅੱਜ ਇਕੱਠ ਹੋ ਗਿਆ, ਦੁਬਾਰ ਬੰਨ ਵੱਜੂ, ਜੜ ਚ ਮਾਰਾਂਗੇ ਲੁਧਿਆਣੇ। ਅੱਜ ਤਾਂ ਐਲਾਨ ਕਰਤਾ ਸਰਕਾਰ, ਦੇਵੇ ਪਰਚੇ ਸਰਕਾਰ, ਸਿੱਟੇ ਜ਼ਿਲ੍ਹਾ ਸਰਕਾਰ, ਪਾਲੇ ਸਿਰ ਸਰਕਾਰ, ਤੋੜੇ ਲੱਤਾਂ, ਅੱਜ ਤਾਂ ਬੰਦ ਕਰਾਂਗੇ। ਅਸੀਂ ਚਲਕ ਰਹੇ, ਫੈਕਟਰੀਆਂ ਬੰਦ ਕੀਤੀਆਂ, 1 ਮਹੀਨਾ ਬੰਦ ਰਹੀਆਂ, 1 ਮਹੀਨੇ ਮੈਂ ਦਿੱਲੀਓਂ ਫੋਨ ਆਉਂਦਾ, ਤਾਰਾਂ ਖੜਕਦੀਆਂ ਨੇ, ਸਭ ਦੀਆਂ ਲੱਤਾਂ ਐਂ ਕੰਬ ਜਾਂਦੀਆਂ। ਤੂੰ ਕਹਿੰਦਾ ਮੈਂ ਅਮਿਤ ਸ਼ਾਹ ਦਾ ਯਾਰ ਹੈ ਅਤੇ ਮੈਂ ਮੋਦੀ ਦਾ ਯਾਰ ਹਾਂ ਅਤੇ ਮੈਨੂੰ ਹਾਰੇ ਹੋਏ ਨੂੰ ਮੰਤਰੀ ਬਣਾਇਆ, ਤਾਂ ਬੰਦ ਕਰਕੇ ਦਿਖਾ। ਸਭ ਤੋਂ ਪਹਿਲਾ ਟੈਸਟ, ਪਹਿਲਾ ਇਮਤਿਹਾਨ ਮੇਰਾ ਚੈਲੰਜ ਆ ਬਿੱਟੂ ਨੂੰ, ਲਿਆ ਬੰਦ ਕਰ ਦੂ, ਆਹ ਬੰਦ ਕਰਦੇ ਯਾਰ ਪੈਣਾ, ਮੈਂ ਮੰਨ ਜਾਊਂਗਾ ਬਿੱਟੂ ਵਾਕਈ ਕੋਈ ਮਰਦ ਦਾ ਮਾੜਾ ਮੋਟਾ ਖੂਨ ਹੈਗਾ। 16 ਦਾ ਆਉਣਾ ਇੱਥੇ, ਕਦੇ ਸੰਧਮਾਂ, ਕਦੇ ਸੰਧਮਾਂ ਸਾਡੇ ਨਾਲ ਇੱਥੇ ਆ ਕੇ ਬੈਠਾ, ਕਦੇ ਭਵੰਤ ਆ ਕੇ ਬੈਠਾ, ਕਦੇ ਗਗਨ ਮਾਨ, ਕਦੇ ਚੀਮੇ ਵਰਗੇ, ਮੀਤ ਹੇਰਾ ਵਰਗੇ, ਵੀ ਆਹ ਜ਼ਹਿਰ ਲੋਕਾਂ ਨੂੰ ਦਿੰਦੇ ਅੱਜ ਨਹੀਂ। ਮੈਂ ਕਹਿੰਦਾ ਅੱਜ ਕਿੱਥੇ ਆ ਜਾਓ, ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਲੜਨਾ ਬਹੁਤ ਔਖਾ ਹੈ। ਜੁਰਤ ਕਿਸੇ 'ਚ, ਕਿਸੇ ਮੰਤਰੀ, ਮੁੱਖ ਮੰਤਰੀ, ਕਿਸੇ MP 'ਚ, ਕਿਸੇ ਮੰਤਰੀ ਸੈਂਟਰ ਦੇ 'ਚ, ਕਿ ਆਹ ਜ਼ਹਿਰ ਬੰਦ ਕਰ ਦੇ। ਬਾਕ ਅਤੇ ਇੱਥੇ ਮੇਰੇ ਖਿਲਾਫ਼ ਬੜਾ ਲੱਖਾਂ ਇੰਡਸਟਰੀ ਦਾ ਵਿਰੋਧ ਕਰਦਾ, ਉਹ ਆਹ ਅੱਤਵਾਦ, ਓਏ ਆਹ ਜ਼ਹਿਰ, ਲੋਕਾਂ ਦੀਆਂ ਟੱਟੀਆਂ, ਮੂਤ, ਸਾਰਾ ਗੰਦ, ਲੋਕ ਜਿੰਨਿਆਂ ਸਥਲਾਂ ਦਾ ਕਚਰਾ, ਸਾਰਾ ਗੰਦ ਇੱਥੇ ਪਾਇਆ ਜਾ ਰਿਹਾ। ਚਿੱਟੇ ਨੂੰ ਵੀ ਭੈੜਾ ਕੰਮ ਆ, ਓਏ ਚਿੱਟਾ ਦਾ ਜੀ ਕੀਤਾ ਛੱਡ ਦਿਓਗੇ, ਬਚ ਜਾਓਗੇ, ਇਹਦੇ ਕਈ ਬਚੋਗੇ। ਟਰੱਕ ਭਰ ਕੇ ਲਿਜਾਵਾਂਗੇ, ਇੱਥੋਂ ਟਿੱਪਰ ਭਰ ਕੇ ਪਾਣੀ ਲਿਜਾਇਆ ਕਰਾਂਗੇ, MPਆਂ ਦੇ, MLਿਆਂ ਦੇ ਘਰ 'ਚ ਖੜਾਇਆ ਕਰਾਂਗੇ, ਵੀ ਆਹ ਲਓ ਤੁਹਾਡੇ ਆ ਗਿਆ, ਨਹਾ ਲਓ ਅਤੇ ਪੀ ਲਓ, ਨਹੀਂ ਫਿਰ ਬਾਹਰ ਡੋਲਦਿਆ ਕਰਾਂਗੇ। ਆਹੀ ਮੁੱਦਾ ਮੈਂ ਪਿੱਟਦਾ ਰਿਹਾ, ਤੁਹਾਡਾ ਪਾਣੀ ਮੁੱਕ ਗਿਆ ਧਰਤੀ ਹੇਠੋਂ, ਹੋਏ ਆਹ ਜ਼ਹਿਰ ਪਾਤੀ ਦਰਿਆਵਾਂ 'ਚ, ਹੋਏ ਸਾਂਭ ਲਓ, ਧਰਤੀ ਬੰਜਰ ਹੋ ਜੂ, ਨਸਲਾਂ ਫਸਲਾਂ ਤਬਾਹ ਹੋਈਆਂ, ਵਿਰਾਸਤ ਮਰ ਚੱਲੀ, ਹੋਏ ਉੱਠ ਖੜੋ ਲੋਕੋ। ਨਹੀਂ ਸੁਣਿਆ ਮੇਰਾ ਕਿਸੇ ਨੇ ਮੁੱਦਾ ਕੀਤਾ, ਜੇ ਤੇਰੇ ਰੱਤੀ ਭਰ ਵੀ ਤੇਰੇ ਸੀ ਰੜਕ ਹੈਗੀ ਆ, ਤੂੰ ਕਹਿੰਦਾ ਮੈਂ ਪੰਜਾਬ ਦਾ ਭਲਾ ਚਾਹੁੰਦਾ, ਲਿਆ ਜ਼ਹਿਰ ਬੰਦ ਕਰ ਦੇ, ਅੱਤਵਾਦ ਰੋਕ। ਸਤਲੁਜ ਦਾ ਉਹ ਪਵਿੱਤਰ ਪਾਣੀ, ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇੱਥੇ ਗੁਰੂ ਪਾਤਸ਼ਾਹ ਨੇ ਜਦੋਂ ਜਲ ਲਿਆ ਸੀਗਾ ਅਤੇ ਖੰਡੇ ਬਾਟੇ ਦਾ ਪੌਲ ਤਿਆਰ ਕੀਤਾ ਸੀ, ਅਤੇ ਉਹਨੂੰ ਗੰਧਲਾ ਕਰਨ ਲਈ ਪਹਿਲਾਂ ਵੀ ਬੜੀਆਂ ਕੋਸ਼ਿਸ਼ਾਂ ਹੋਈਆਂ, ਅਤੇ ਹੁਣ ਫਿਰ ਜਿਹੜਾ ਇਹਦੇ ਵਿੱਚ ਬੁੱਢੇ ਨਾਲੇ ਦੇ ਰਾਹੀਂ ਪਾਣੀ ਲਿਆ ਕੇ ਜਿਵੇਂ ਗੰਧਲਾ ਕੀਤਾ ਜਾਂਦਾ, ਅੱਜ ਇੱਥੇ ਫਿਰ ਇਕੱਠ ਸੀਗਾ। ਹਰ ਸਾਲ ਅੱਗੇ ਵੀ 8-10 ਸਾਲ ਹੋ ਗਏ ਇੱਥੇ, ਇਕੱਠ ਤਾਂ ਹੁੰਦੇ ਪਰ ਮਸਲਾ ਹੱਲ ਨਹੀਂ ਹੁੰਦਾ। ਲੱਖਾਂ ਸਦਾਨਾ ਜੀ, ਪਹਿਲਾਂ ਵੀ ਇਕੱਠ ਹੁੰਦੇ, ਮਸਲਾ ਹੱਲ ਕਿਉਂ ਨਹੀਂ ਹੁੰਦਾ? ਹਰ ਅੱਜ ਇਕੱਠ ਹੋ ਗਿਆ, ਦੁਬਾਰ ਬੰਨ ਵੱਜੂ, ਪੱਕੀ ਗੱਲ। 15 ਸਤੰਬਰ ਐਲਾਨ ਕਰਤਾ, ਉਹਨਾਂ ਚਿਰ ਤਿਆਰੀ ਬਿਆਰੀ ਕਰ ਲਓ, ਲੋਕਾਂ ਨੂੰ ਅਪੀਲ ਹੈ, ਸਰਕਾਰ ਨੂੰ ਵੀ ਅਪੀਲ ਹੈ, ਚੇਤਾਵਨੀ ਸਮਝ ਲਓ, ਅਪੀਲ ਸਮਝ ਲਓ, ਵੀ 15 ਸਤੰਬਰ ਤੱਕ ਜਿਹਨੂੰ ਨਾ ਬੰਦ ਕੀਤਾ, ਬੁੱਢੇ ਦੇ ਰਾਜ ਬੰਨ ਮਾਰਾਂਗੇ, ਆਖੀ ਨਿਬੜ ਗਿਆ ਕੰਮ। ਪੱਕੀ ਤੌਰ 'ਤੇ ਵੀ ਬੰਨ ਲੱਗ ਜੂਗਾ, ਚਾਹੇ ਪਿੱਛੇ ਜੋ ਮਰਜ਼ੀ ਹੋ ਜਾਵੇ, ਮੈਂ ਕਹਿੰਦਾ ਜੜ 'ਚ ਮਾਰਾਂਗੇ ਲੁਧਿਆਣੇ 'ਚ। ਉਹ ਤਾਂ ਇੰਡਸਟਰੀ ਲਿਆਉਣ ਦੀ ਗੱਲ ਕਰਦੇ, ਉਹਨਾਂ ਇੰਡਸਟਰੀ ਦਾ ਪਾਣੀ, ਮੈਂ ਕਹਿੰਦਾ ਯਾਰ ਆਹ ਇੰਡਸਟਰੀ, ਲੋਕ ਕਹਿੰਦੇ ਇੱਥੇ ਮੇਰੇ ਖਿਲਾਫ਼ ਬੜਾ ਲੱਖਾਂ ਇੰਡਸਟਰੀ ਦਾ ਵਿਰੋਧ ਕਰਦਾ, ਉਹ ਆਹ ਅੱਤਵਾਦ, ਓਏ ਆਹ ਜ਼ਹਿਰ, ਆਹ ਕੈਮੀਕਲ, ਯੂਰੇਨੀਅਮ, ਪਾਰੇ, ਪਤਾ ਨਹੀਂ ਕੀ ਕੀ ਜ਼ਹਿਰਾਂ, ਹਜ਼ਾਰਾਂ ਡੈਂਗ ਫੈਕਟਰੀ, ਹਜ਼ਾਰਾਂ ਡੈਰੀਆਂ, ਲੋਕਾਂ ਦੀਆਂ ਟੱਟੀਆਂ, ਮੂਤ, ਸਾਰਾ ਗੰਦ, ਲੋਕ ਜਿੰਨਿਆਂ ਸਥਲਾਂ ਦਾ ਕਚਰਾ, ਸਾਰਾ ਗੰਦ ਇੱਥੇ ਪਾਇਆ ਜਾ ਰਿਹਾ। ਕੋਈ ਪਸ਼ੂ ਮਰ ਗਿਆ, ਕੋਈ ਕੱਟਾ ਬੱਛਾ ਮਰ ਗਿਆ, ਉਹ ਇੱਥੇ ਚੱਲ ਦਰਿਆ 'ਚ, ਕੁੱਲ ਇੱਥੇ ਚੀਜ਼ ਆ ਰਹੀ ਆ, ਓਏ ਆਹ ਸਾਡੇ ਸਤਲੁਜ ਦਾ ਪਾਣੀ ਉਹ ਪੀਂਦੇ ਆ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਮੁਕਤਸਰ, ਆਪਣਾ ਫਾਜ਼ਿਲਕਾ, ਹਬੋਰ, ਰਾਜਸਥਾਨ ਤੱਕ ਦੇ ਲੋਕ ਪੀਂਦੇ ਆ। ਆਹ ਲੋਕਾਂ ਨੂੰ ਘਰ ਘਰ ਕੈਂਸਰ ਵੜ ਗਿਆ, ਆਪਾਂ ਆਹ ਲੂਲੇ ਲੰਗੜੇ, ਇੰਨੇ ਜਵਾਕ ਪੈਦਾ ਹੋਈ ਜਾਂਦੇ ਆ, ਕੁੜੀਆਂ ਸਾਡੀਆਂ ਬਾਂਝ ਹੋ ਗਈਆਂ, ਮੁੰਡੇ ਸਾਡਿਆਂ ਦੇ ਤੱਤ ਮਰ ਗਏ ਬੱਚਾ ਪੈਦਾ ਕਰਨ ਵਾਲੇ, ਇਹਦਾ ਕਰਕੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਲੱਗ ਰਹੀਆਂ ਲੋਕਾਂ ਨੂੰ, ਡਾਕਟਰ ਟੈਸਟਾਂ 'ਚ ਨਹੀਂ ਆ ਰਿਹਾ ਡਾਕਟਰਾਂ ਕੋਲ ਵੀ ਕਿਹੜੀ ਬਿਮਾਰੀ ਲੱਗੀ ਹੋਈ, ਆਹ ਜ਼ਹਿਰਾਂ ਪੀ ਕੇ, ਆਹ ਜਿਹੜੀ ਨਸਲਕੁਸ਼ੀ ਕੀਤੀ ਜਾ ਰਹੀ, ਆਪਾਂ ਕਹਿੰਦੇ ਚਿੱਟਾ ਮਾਰ ਰਿਹਾ ਸਾਡੀ ਜਵਾਨੀ, ਉਹਦਾ ਚਿੱਟੇ ਨੂੰ ਵੀ ਭੈੜਾ ਕੰਮ ਆ, ਓਏ ਚਿੱਟਾ ਦਾ ਜੀ ਕੀਤਾ ਛੱਡ ਦਿਓਗੇ, ਬਚ ਜਾਓਗੇ, ਇਹਤੋਂ ਕਿਵੇਂ ਬਚੋਗੇ? ਇੱਥੇ ਹਾਰਿਆ ਹੋਇਆ ਮੰਤਰੀ ਬਣਾਤਾ, ਉਹ ਕਹਿੰਦਾ ਮੈਂ ਪੰਜਾਬ ਲਈ ਖੜੂੰਗਾ ਜੋ ਮਰਜ਼ੀ ਹੋ ਜਾਏ, ਕੀ ਇਹਦੇ ਲਈ ਖੜਨਗੇ? ਉਸੇ ਨੂੰ ਚੈਲੰਜ ਹੈ, ਲੈ ਪੁੱਤ ਮੇਰਿਆ, ਜੇ ਤੂੰ ਮਰਦ ਦਾ ਬੱਚਾ ਹੈ, ਜੇ ਮਾੜਾ ਮੋਟਾ ਵੀ ਤੇਰੀ ਖੂਨ 'ਚ ਕੋਈ ਰੜਕ ਹੈਗੀ ਹੈ, ਹੈਗਾ ਤਾਂ ਬੁੱਚੜ ਦਾ ਖੂਨ ਹੀ ਹੈ, ਜਿਹਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ, ਜੇ ਤੇਰੇ ਰੱਤੀ ਭਰ ਵੀ ਤੇਰੇ 'ਚ ਰੜਕ ਹੈਗੀ ਹੈ, ਤੂੰ ਕਹਿੰਦਾ ਮੈਂ ਪੰਜਾਬ ਦਾ ਭਲਾ ਚਾਹੁੰਦਾ, ਲਿਆ ਜ਼ਹਿਰ ਬੰਦ ਕਰ ਦੇ, ਅੱਤਵਾਦ ਰੋਕ, ਹਜ਼ਾਰਾਂ ਡੈਂਗ ਫੈਕਟਰੀ, ਜੇ ਤੇਰੀਆਂ ਲੱਤਾਂ ਜਾਣ, ਤੂੰ ਕਹਿੰਦਾ ਮੈਂ ਅਮਿਤ ਸ਼ਾਹ ਦਾ ਯਾਰ ਹੈ ਅਤੇ ਮੈਂ ਮੋਦੀ ਦਾ ਯਾਰ ਹਾਂ ਅਤੇ ਮੈਨੂੰ ਹਾਰੇ ਹੋਏ ਨੂੰ ਮੰਤਰੀ ਬਣਾਇਆ, ਤਾਂ ਬੰਦ ਕਰਕੇ ਦਿਖਾ। ਜ਼ੋਰ ਲਾ ਲਾ ਟਿੱਲ ਦਾ ਇੱਥੇ, ਅੱਡੀ ਚੋਟੀ ਦਾ,
ਅਸੀਂ ਚੇਅਰਮੈਨ ਵਰਗਿਆਂ ਨੇ ਵੀ ਅਸੀਂ 8-7 ਮੈਂਬਰੀ ਕਮੇਟੀ ਬਣੀ ਵਿਧਾਨ ਸਭਾ ਦੀ ਬੁੱਢੇ ਦਰਿਆ ਦੇ ਉੱਤੇ ਵੀ ਇਹ ਰੋਕ ਦਿਆਂਗੇ। ਅਸੀਂ ਚੱਲ ਕਹਿੰਦਾ ਸੀ ਫੈਕਟਰੀਆਂ ਬੰਦ ਕੀਤੀਆਂ, 1 ਮਹੀਨਾ ਬੰਦ ਰਹੀਆਂ, 1 ਮਹੀਨੇ ਮੈਂ ਦਿੱਲੀਓਂ ਫੋਨ ਆਉਂਦਾ, ਤਾਰਾਂ ਖੜਕਦੀਆਂ ਨੇ, ਸਭ ਦੀਆਂ ਲੱਤਾਂ ਐਂ ਕੰਬ ਜਾਂਦੀਆਂ ਵੀ ਅਸੀਂ ਨਹੀਂ ਰੋਕ ਸਕਦੇ ਜੀ, ਚਲਾਓ ਫੈਕਟਰੀਆਂ। ਹੈ ਜ਼ਰੂਰਤ ਕਿਸੇ 'ਚ, ਕਿਸੇ ਮੰਤਰੀ ਮੁੱਖ ਮੰਤਰੀ ਕਿਸੇ MP 'ਚ, ਕਿਸੇ ਮੰਤਰੀ ਸੈਂਟਰ ਦੇ 'ਚ ਕਿ ਆਹ ਜ਼ਹਿਰ ਬੰਦ ਕਰ ਦੇ। ਬਾਕੀ ਤਾਂ ਬਾਹਲੀਆਂ ਗੱਲਾਂ ਦੂਰ ਆ, ਬਿੱਟੂ ਜਿਹੜੀਆਂ ਗੱਲਾਂ ਕਰਦਾ ਮੈਂ ਉਹ ਕਰ ਦੂੰਗਾ, ਕਰ ਦੂੰ ਮਗਜ ਮਾਰਦਾ। ਸਭ ਤੋਂ ਪਹਿਲਾ ਟੈਸਟ, ਪਹਿਲਾ ਇਮਤਿਹਾਨ ਮੇਰਾ ਚੈਲੰਜ ਆ ਬਿੱਟੂ ਨੂੰ, ਲੈ ਆਹ ਬੰਦ ਕਰ ਦੂ, ਆਹ ਬੰਦ ਕਰ ਦੇ ਜ਼ਹਿਰ ਪੈਣਾ। ਮੈਂ ਮੰਨ ਜਾਊਂਗਾ ਬਿੱਟੂ ਵਾਕਈ ਕੋਈ ਮਰਦ ਦਾ ਮਾੜਾ ਮੋਟਾ ਖੂਨ ਹੈਗਾ 'ਚ। ਜਿਹੜੇ ਉੱਥੋਂ ਲੱਖਾਂ ਰੁਪਏ ਦੇ ਕੇ ਉਹ ਪਹਿਲਾਂ ਇਲੈਕਸ਼ਨਾਂ ਲਈ ਦਿੰਦੇ ਨੇ ਇਹਨਾਂ ਨੂੰ ਫੰਡ, ਕੀ ਉਹ ਫਿਰ ਜਿਹੜੀ ਕਾਨ ਆ ਇੱਥੇ ਭੱਜ ਜੂਗੀ ਆ ਕੇ? ਤੁਹਾਨੂੰ ਲੱਗਦਾ ਕਿ ਉਹ ਪਾਸੇ ਹਟ ਕੇ ਲੋਕਾਂ ਨਾਲ ਖੜ ਜਾਣਗੇ? ਨਹੀਂ, ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਲੜਨਾ ਬਹੁਤ ਔਖਾ। ਅਸੀਂ ਤਾਂ ਐਲਾਨ ਕਰਤਾ 15 ਅਗਸਤ ਨੂੰ ਵੱਡਾ ਇਕੱਠ ਮਾਰਚ ਦਾ ਰੱਖਿਆ, ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਬੁੱਤ ਤੋਂ ਲੈ ਕੇ ਸ਼ਹੀਦ ਊਧਮ ਸਿੰਘ ਦੇ ਬੁੱਤ ਤੱਕ, ਹਾਂਜੀ 15 ਸਤੰਬਰ ਦਾ ਰੱਖਿਆ ਬੰਨ ਮਾਰਨ ਦਾ, ਜਿਹਦਾ ਲੋਕਾਂ 'ਚ ਅਣਖ ਰੜਕ, ਲੋਕ ਬਚਾਉਣਾ ਚਾਹੁੰਦੇ ਆਪਣੀਆਂ ਨਸਲਾਂ ਨੂੰ, ਆਪਣੇ ਜਵਾਕਾਂ ਨੂੰ, ਇਹ ਧਰਤੀ ਨੂੰ, ਤਾਂ ਉੱਠ ਕੇ ਸਾਡੇ ਨਾਲ ਖੜ ਜਾਓ, ਆ ਜਾਓ। ਅੱਜ ਤਾਂ ਐਲਾਨ ਕਰਤਾ ਸਰਕਾਰ ਦੇਵੇ ਪਰਚੇ, ਸਰਕਾਰ ਸਿੱਟੇ ਜੇਲ੍ਹਾਂ, ਸਰਕਾਰ ਪਾਲੇ ਸਿਰ, ਸਰਕਾਰ ਤੋੜੇ ਲੱਤਾਂ, ਅੱਜ ਤਾਂ ਬੰਦ ਕਰਾਂਗੇ। ਇੱਕ ਹਾਰਿਆ ਹੋਇਆ ਮੰਤਰੀ ਬਣ ਗਿਆ, ਇੱਕ ਜਿੱਤ ਕੇ ਇੱਥੇ ਬੈਠਾ ਹੋਇਆ, ਕੀ ਉਹ ਖੜੂਗਾ? ਰਾਜਾ ਬੜਿੰਗ, ਉਹ ਅੱਛਾ ਰਾਜੇ ਬੜਿੰਗ ਦੀ ਗੱਲ ਕਰਦਾ ਮੈਂ, ਡਰਾਮੇ। ਮੈਂ ਜੀ ਚਾਹ ਪੀਨਾ ਜੀ ਬੜੇ ਸਮੇਂ ਤੋਂ ਜੀ, ਲਓ ਆ ਰੇਹੜੀ 'ਤੇ ਬਹਿ ਗਿਆ ਜੀ ਆ ਕੇ। ਮੈਂ ਜੀ ਆ ਜੂਸ ਪੀ ਰਿਹਾ ਜੀ, ਮੈਂ ਗੋਲ ਗੱਪੇ ਖਾ ਰਿਹਾ ਜੀ, ਰਾਜੇ ਬੜਿੰਗ ਦੇ ਘਰ ਲਈ ਬੱਸ ਚਲਾਉਂਦੀ ਫਿਰਦੀ ਆ ਜੀ, ਇਹ ਮੁੱਦੇ ਨੇ। ਰਾਜਾ ਬੜਿੰਗ ਕਹਿੰਦਾ ਮੇਰੇ ਘਰ ਲਈ ਸੋਹਣੀ ਬਹੁਤ ਹੈ, ਲੋਕ ਨੂੰ ਦੇਖਣੀ ਆ ਜਾਂਦੇ ਰੈਲੀਆਂ 'ਚ। ਹੱਦ ਹੋ ਗਈ ਯਾਰ, ਉਹ ਕਹਿੰਦਾ ਤੂੰ ਤਿਆਰ ਬਿਆਰ ਹੋ ਕੇ ਜਾ, ਪੂਰੀ ਬਣ ਠਣ ਕੇ ਜਾ, ਸੁਰਖੀ ਪਾਊਡਰ ਪੂਰੇ ਲਾ ਕੇ ਜਾ, ਲੋਕ ਤੈਨੂੰ ਦੇਖਣ ਆਉਣਗੇ। ਦੇਖੋ ਕਿਹੋ ਜਿਹੀ ਰਾਜਨੀਤੀ ਆ, ਆਹ ਡਰਾਮਿਆਂ ਪਿੱਛੇ ਲੋਕਾਂ ਨੇ MP ਬਣਾ ਤੇ ਯਾਰ, ਭਗਵੰਤ ਦੇ ਗੱਪ ਸੁਣ ਕੇ 3 ਸੀਟਾਂ 'ਚ ਤਾਰਤੀਆਂ ਇਹਨਾਂ ਨੇ, ਆਹ ਡਰਾਮੇ ਸੁਣ ਕੇ, ਆਹ ਲੋਕਾਂ ਨੇ ਕਹਾਣੀਆਂ ਸੁਣ ਸੁਣ ਕੇ ਯਾਰ, ਲੋਕਾਂ ਕੋਲ ਆਹੀ ਮੁੱਦਾ ਮੈਂ ਪਿੱਟਦਾ ਰਿਹਾ, ਤੁਹਾਡਾ ਪਾਣੀ ਮੁੱਕ ਗਿਆ ਧਰਤੀ ਹੇਠੋਂ, ਹੋਏ ਆਹ ਜ਼ਹਿਰ ਪਾਤੀ ਦਰਿਆਵਾਂ 'ਚ, ਹੋਏ ਸਾਂਭ ਲਓ ਧਰਤੀ ਬੰਜਰ ਹੋ ਜੂ, ਨਸਲਾਂ ਫਸਲਾਂ ਤਬਾਹ ਹੋਈਆਂ, ਵਿਰਾਸਤ ਮਰ ਚੱਲੀ, ਹੋਏ ਉੱਠ ਖੜੋ ਲੋਕੋ। ਨਹੀਂ ਸੁਣਿਆ ਮੇਰਾ ਕਿਸੇ ਨੇ ਮੁੱਦਾ, ਸੁਣਨ ਆਉਂਦੇ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਹੁੰਦਾ, 2-2 ਘੰਟੇ ਉਡੀਕਦੇ, 4-4 ਘੰਟੇ ਬੈਠ ਕੇ ਮੈਂ ਲੈਕਚਰ ਸੁਣਦੇ, ਸੁਣ ਕੇ ਝਾੜ ਕੇ ਐਂ ਚੱਤੜ ਦੇ ਤੁਰ ਜਾਂਦੇ ਘਰ ਨੂੰ, ਵੀ ਹਾਂ ਗੱਲਾਂ ਦਾ ਬਹੁਤ ਸੋਹਣੀਆਂ ਕਰਦਾ, ਅਤੇ ਵੋਟਾਂ ਕਿਹਨੂੰ ਪਾਈਆਂ? ਜਿਹੜੇ ਆ ਚੁਟਕਲੇ ਕਹਾਣੀਆਂ ਡਰਾਮੇ, ਜਿਹੜੇ ਕਹਿੰਦੇ ਸਾਡੀਆਂ ਜਨਾਨੀਆਂ ਸੋਹਣੀਆਂ ਉਹਨਾਂ ਨੂੰ ਦੇਖਣਾ, ਜਿਹੜੇ ਕਹਿੰਦੇ ਸਾਡੀਆਂ ਅਸੀਂ ਚਾਹ ਪੀਂਦੇ ਹਾਂ ਰੇਹੜੀਆਂ ਦੇ ਵੋਟਾਂ ਪਾਈਆਂ ਉਹਨਾਂ ਨੂੰ ਯਾਰ, ਮੈਂ ਉਹਨੂੰ ਵੀ ਕਹਿੰਦਾ MP ਬਣਿਆ ਮੇਰੇ ਕੋਲ, ਮੈਂ ਜੀ ਨੰਬਰ ਛੱਡਤਾ ਜੀ, ਵਟਸਐਪ ਨੰਬਰ ਛੱਡਤਾ ਜੀ, ਤੁਸੀਂ ਫੋਨ ਕਰੋ ਕੰਮ ਹੋਊ, ਜੇ ਹਿੰਮਤ ਆ ਤੂੰ ਲੁਧਿਆਣੇ ਦਾ MP ਕਰ ਬੰਦ, ਅਗੌਂਸਪੁਰਾ ਪਿੰਡਾ ਜਾ ਕੇ ਦੇਖੋ, 700 ਦੀ ਆਬਾਦੀ ਆ ਪਿੰਡ ਦੀ, ਇਕੱਲੇ ਇਕੱਲੇ ਜੀ ਨੂੰ ਕੈਂਸਰ ਹੋਇਆ ਪਿਆ ਘਰਦੇ ਨੂੰ, ਜਿੱਦਾਂ ਜੇ ਹਿੰਮਤ ਆ ਇਹਨਾਂ ਲੋਕਾਂ ਦੀਆਂ ਵੋਟਾਂ ਲੈ ਕੇ MP ਬਣਿਆ, ਆਹ ਜ਼ਹਿਰ ਰੋਕ, ਜੇ ਬਾਕੀ ਤਰ੍ਹਾਂ ਦਾਮ ਹੈ ਖੜੇ 'ਚ ਆ ਕੇ ਨਾਲ ਸਾਡੇ, ਵੀ ਹਾਂ ਮੈਂ ਰੋਕਦਾ ਮੈਂ ਲਾਉ ਬੰਨ, ਇਕੱਲੀਆਂ ਗੱਲਾਂ। ਪਰ ਸਾਡੇ ਲੋਕ ਜਿੱਥੇ ਬਾਈ ਇਹ ਸਰਕਾਰਾਂ ਜ਼ਿੰਮੇਵਾਰ ਹੈ, ਇਹਦਾ ਮਾਰਨਗੀਆਂ ਯਾਰ, ਇਹ ਤਾਂ ਅੱਤਵਾਦ ਨਾਲ ਇਹ ਨਸਲ ਕੁਛ ਕਰਨਗੀਆਂ ਪੰਜਾਬ ਦੀ, ਸਾਡੀ ਸਾਡੀ ਕੌਮ ਨੂੰ ਮਾਰਨਾ ਇਹਨਾਂ ਨੇ। ਪਰ ਮੈਂ ਕਹਿਣਾ ਚਾਹੁੰਦਾ ਇਹ ਬੰਦਿਆਂ ਦੇ ਵਿੱਚ ਪੰਜਾਬ ਦਰਦੀ ਕਹਾਉਂਦੇ ਆ, ਇਹਦਾ ਕੋਈ ਮੁੱਦਾ ਨਹੀਂ ਸਿੱਖ ਹਿੰਦੂ ਮੁਸਲਮਾਨ ਦਾ, ਪਾਣੀ ਤਾਂ ਹਰ ਇੱਕ ਲਈ ਜ਼ਰੂਰੀ ਆ, ਅਮੀਰ ਲਈ, ਗਰੀਬ ਲਈ, ਹਿੰਦੂ ਲਈ, ਸਿੱਖ, ਸਭ ਨੂੰ ਪਾਣੀ ਦਾ ਲੋੜ ਆ ਬਾਈ, ਇੱਥੇ ਤਾਂ ਕੋਈ ਜਾਤ ਪਾਤ ਦੀ ਗੱਲ ਦੀ ਨਹੀਂ, ਆ ਕੇ ਲੜੋ ਲੈ। ਹਰ ਗੱਲ ਦੇ ਉੱਤੇ ਤੁਸੀਂ ਵੋਟਾਂ ਦੇ ਵਿੱਚ ਰਾਜਨੀਤੀ ਕੀਤੀ, ਹਰ ਤਰ੍ਹਾਂ ਦੀਆਂ ਤੁਸੀਂ ਵੋਟਾਂ ਵਾਲਿਆਂ ਨੂੰ, ਵੋਟਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ, ਕਦੇ ਭੰਗਾਂ ਦੇ ਅੱਖ 'ਚ ਬੈਣ ਦੇ, ਕਦੇ ਕੋਈ ਬੈਣ ਦੇ ਕੇ, ਆਹ ਤਾਂ ਇਹਦਾ ਹਰ ਇੱਕ ਨੇ ਪੀਣਾ ਪਾਣੀ, ਇੱਥੇ ਤਾਂ ਕੋਈ ਮਸਲਾ ਨਹੀਂ ਹੈਗਾ। ਇੱਥੇ ਵੀ BJP ਦਾ ਯਾਰ ਜਾਖੜ ਬੈਠਾ ਉਸੇ ਏਰੀਆ ਦੇ ਵਿੱਚ, ਕੈਂਸਰ ਧਰਾਂ ਵਾਲੇ ਪਿੰਡ, ਬਿਲਕੁਲ ਬਿਲਕੁਲ ਉਸੇ ਪਿੰਡ 'ਚ, ਹੁਣ ਕੱਲ੍ਹ ਜਾਖੜ ਦਾ ਭਤੀਜਾ ਕਹੀ ਸਾਡੇ ਪਾਣੀ ਨਹੀਂ ਪਹੁੰਚਦਾ, ਐਂ ਨਹੀਂ ਪਹੁੰਚਦਾ, ਵੀ ਹੁਣ ਤੁਹਾਨੂੰ ਅੱਜ ਚੇਤੇ ਆਇਆ, ਤੂੰ ਸਰਕਾਰਾਂ 'ਚ ਵੀ ਰਹਿ ਗਿਆ ਉਦੋਂ ਪਾਣੀ ਨਹੀਂ ਚੇਤੇ ਆਇਆ, ਵੀ ਤੁਹਾਡਾ ਪਾਣੀ ਖੋ ਕੇ ਕਿੱਥੇ ਨੂੰ ਦਿੱਤਾ, ਤੂੰ ਉੱਥੇ ਤੇਰੇ ਆਹ ਜਾਂਦਾ ਹੋਵੋ ਰਫਾਲਕਾ ਜੇ ਤੁਸੀਂ ਵੋਟਾਂ 'ਚ ਖੜੇ ਹੋ ਕੇ ਜਿੱਤਦੇ ਹੋ ਚਾਚੇ ਭਤੀਜੇ, ਉੱਥੇ ਤੁਸੀਂ ਰੋਕੋ ਨਾ ਫਿਰਾ ਕੇ, ਤੁਸੀਂ ਵੀ ਉਸੇ BJP 'ਚ ਹੋ,
ਤੇ ਸੈਂਟਰ 'ਚ ਸਰਕਾਰ ਵੀ ਬੀਜੇਪੀ ਦੀ ਹੈ, ਮੰਤਰੀ ਵੀ ਦਿੱਤਾ ਉਹਨਾਂ ਤੋਂ, ਤੇ ਇੱਥੋਂ ਦਾ ਜਿਹੜਾ ਐਮ ਪੀ ਆ ਰਾਜ ਸਭਾ ਦਾ ਲੁਧਿਆਣੇ ਦਾ, ਉਹਦੀਆਂ ਆਪਦੀਆਂ ਹਜ਼ਾਰਾਂ ਡਾਈਂਗ ਫੈਕਟਰੀਆਂ ਨੇ ਇੱਥੇ, ਇੱਥੋਂ ਬੀਜੇਪੀ ਦੇ ਵੱਡੇ ਲੀਡਰ ਨੇ ਜਿਹੜੇ, ਉਹਨਾਂ ਦੀਆਂ ਹਜ਼ਾਰਾਂ ਫੈਕਟਰੀਆਂ ਇੱਥੇ ਲੁਧਿਆਣੇ 'ਚ ਲੱਗੀਆਂ ਹੋਈਆਂ, ਉਹ ਜ਼ਹਿਰ ਆਪ ਖੁਦ ਪਾ ਰਹੇ, ਰੁਕੂ ਕਿਹੜਾ? ਜੇ ਫਿਰ ਉਹਨਾਂ ਦੀਆਂ ਤਾਂ ਫਿਰ ਤੋਂ ਲੱਖੇ ਅਰਗਿਆਂ ਨੂੰ ਜੇਲ੍ਹਾਂ 'ਚ ਬੰਦ ਵੀ ਕਰ ਸਕਦੇ, ਪੱਤਰਕਾਰਾਂ ਦੀ ਆਵਾਜ਼ ਵੀ ਬੰਦ ਕਰ ਸਕਦੇ, ਫਿਰ ਤਾਂ ਉਹਨਾਂ ਕੋਲ ਰਾਹ ਹੀ ਸੌਖਾ? ਕੋਈ ਨਹੀਂ ਲੜਾਂਗੇ ਬਾਈ, ਨਾ ਜੇਲ੍ਹਾਂ ਦੀ ਪਰਵਾਹ, ਨਾ ਪਰਚਿਆਂ ਦੀ, ਅਤੇ ਨਾ ਗੋਲੀਆਂ ਡਾਂਗਾਂ ਦੀ, ਕੋਈ ਨਹੀਂ, ਅਸੀਂ ਤਾਂ ਮਿਥ ਕੇ ਤੁਰੇ ਹਾਂ। ਆਹ ਜ਼ਹਿਰ ਹੁਣ ਬਹੁਤ ਹੋ ਗਈ, ਹੁਣੇ ਬਰਦਾਸ਼ਤ ਦੀ ਹੱਦ ਤੋਂ ਬਾਹਰ, ਇਸੇ ਕਰਕੇ ਐਲਾਨ ਕੀਤਾ ਮੈਂ 16 ਦਾ ਆਉਣਾ ਇੱਥੇ, ਕਦੇ ਸੰਧਵਾਂ, ਕਦੇ ਸੰਧਵਾਂ ਸਾਡੇ ਨਾਲ ਇੱਥੇ ਆ ਕੇ ਬੈਠਾ, ਕਦੇ ਭਵੰਤ ਆ ਕੇ ਬੈਠਾ, ਕਦੇ ਗਗਨ ਮਾਨ, ਕਦੇ ਚੀਮੇ ਵਰਗੇ, ਮੀਤ ਹੇਰਾ ਵਰਗੇ, ਵੀ ਆਹ ਜ਼ਹਿਰ ਲੋਕਾਂ ਨੂੰ ਦਿੰਦੇ, ਅੱਜ ਕਿੱਥੇ ਜਿੱਤ ਗਿਆ? ਨਹੀਂ, ਮੈਂ ਕਹਿੰਦਾ ਅੱਜ ਕਿੱਥੇ ਆ ਜਾਓ, ਕਮੇਟੀਆਂ ਬਣਾ ਬਣਾ 2.5 ਸਾਲ ਹੋ ਗਏ ਕਿੱਥੇ ਖੜ ਗਏ, ਪਰ ਅੱਜ ਵੀਰ ਮੇਰਾ ਐਲਾਨ ਅਸੀਂ ਕਰਤਾ, ਹੁਣ ਇੱਕ ਪਾਸਾ ਕਰਾਂਗੇ, ਇਹ ਹੁਣ ਬਹੁਤ ਸੈਂਪਲ ਦੇ ਕੇ ਆਓਗੇ ਉਹਨਾਂ ਦੇ ਘਰਾਂ ਦੇ ਵਿੱਚ ਵੀ, ਨਹਾਓ ਪੀਓ, ਟਰੱਕ ਭਰ ਕੇ ਲਿਜਾਵਾਂਗੇ, ਇੱਥੋਂ ਟਿੱਪਰ ਭਰ ਕੇ ਪਾਣੀ ਲਿਜਾਇਆ ਕਰਾਂਗੇ, ਐਮ ਪੀਆਂ ਦੇ, ਐਮ ਐਲ ਏ ਦੇ ਘਰ 'ਚ ਖੜਾਇਆ ਕਰਾਂਗੇ, ਵੀ ਆਹ ਲਓ ਤੁਹਾਡੇ ਆ ਗਿਆ, ਨਹਾ ਲਓ ਅਤੇ ਪੀ ਲਓ, ਨਹੀਂ ਫਿਰ ਬਾਹਰ ਡੋਲਦਿਆ ਕਰਾਂਗੇ। ਯਾਰ ਇੱਥੋਂ ਖੜਾ ਮੁਸ਼ਕਲੀ 'ਚ ਲੈ ਜਾਂਦਾ, ਸੰਗ ਮਚਾਉਂਦਾ, ਅੱਖਾਂ ਮੱਚਦੀਆਂ ਨੇ, ਇੰਨੀ ਜ਼ਹਿਰ ਚੜ੍ਹਦੀ, ਹਵਾ ਚੜ੍ਹਦਾ, ਮੁਸ਼ਕ ਚੜ੍ਹਦਾ, ਅਤੇ ਜਿਹੜੇ ਲੋਕ ਪੀਂਦੇ ਨੇ ਯਾਰ, ਆ ਮੱਛੀਆਂ ਨੂੰ ਵੀ ਕੈਂਸਰ ਹੋ ਗਿਆ, ਆਪਾਂ ਕਹਿੰਦੇ ਹਰੀ ਕਹਿੰਦੇ ਮੱਛੀ ਬੜੀ ਮਸ਼ਹੂਰ ਜਾਂਦੇ ਆ, ਖਾ ਲਓ ਉੱਥੇ ਤਾਜ਼ੀ ਮੱਛੀ, ਉਹ ਮੱਛੀ 'ਚ ਪਤਾ ਨਹੀਂ ਕੀ ਕਿਹੜਾ ਪਾਰਾ, ਕਿਹੜਾ ਕੈਮੀਕਲ ਅਤੇ ਕੀ ਕੁਛ ਉਹ 'ਚ ਆ ਗਿਆ ਮੱਛੀ 'ਚ। ਸੋ ਇਸ ਕਰਕੇ ਬਾਈ ਬੇਨਤੀ ਇੰਨੀ ਆ ਪੰਜਾਬ ਦੇ ਲੋਕਾਂ ਨੂੰ, 15 ਅਗਸਤ ਨੂੰ ਅਸੀਂ ਇਕੱਠ ਰੱਖਿਆ ਮਾਰਚ ਦਾ ਜੀ, ਅਤੇ 15 ਸਤੰਬਰ ਨੂੰ ਬੰਨਦਾ, ਜੇ ਤਾਂ ਚਾਹੁੰਦੇ ਹਾਂ ਬਚਣਾ ਤਾਂ ਸਾਡਾ ਸਾਥ ਦੇ ਦਿਓ। ਕਿਸਾਨ ਜਥੇਬੰਦੀਆਂ ਨੂੰ ਖਾਸ ਤੌਰ 'ਤੇ ਅਪੀਲ ਹੈ ਵੀ ਅਸੀਂ ਇਕੱਲੀਆਂ ਫਸਲਾਂ ਦੇ ਮੁਆਵਜ਼ੇ ਪਿੱਛੇ ਲੜ ਲੜ ਕੇ ਮਰੀ ਜਾਈਏ, ਆਪ ਉਦੋਂ ਵੱਡਾ ਮੁੱਦਾ ਅਤੇ ਤੁਹਾਡੀਆਂ ਨਸਲਾਂ ਨਾਲ ਖੜਨਾ ਚਾਹੀਦਾ ਬਾਈ। ਮੀਟਿੰਗ ਕਰ ਰਹੇ ਹੋ? ਮੈਂ ਸਾਰਿਆਂ ਕੋਲ ਜਾਵਾਂਗਾ ਜੀ, ਹਰ ਬੰਦੇ ਕੋਲ ਜਾਣਾ, ਹਰ ਸਿਆਸੀ ਕੋਲ, ਗੈਰ ਸਿਆਸੀ ਕੋਲ, ਸਭ ਕੋਲ ਜਾਣਾ, ਵੀ ਹਰ ਬੰਦੇ ਦਾ ਇਹ ਫਰਜ਼ ਆ। ਪਾਣੀ ਤਾਂ ਹਰ ਕੀ ਪੀਂਦਾ, ਪਾਣੀ ਲੋੜ ਕਿਹਨੂੰ ਨਹੀਂ, ਪਾਣੀ ਦਾ ਜੀਵਨ ਹੈ ਜੀ, ਪਹਿਲਾਂ ਪਾਣੀ ਜੀਵਾ ਜਿੱਤ ਹਰਿਆ ਸਭ ਕੋਈ, ਪਵਨ ਗੁਰੂ ਪਾਣੀ ਪਿਤਾ, ਇਹਦਾ ਗੁਰਬਾਣੀ ਦੇ ਸਾਡੇ ਗੁਰੂਆਂ ਨੇ ਕਿੰਨੇ ਵਾਰੀ ਜ਼ਿਕਰ ਕੀਤਾ ਜੀ। ਸੋ ਹੁਣ ਬਾਈ ਇੱਕ ਪਾਸਾ ਕਰਕੇ ਹਟਾਂਗੇ ਜੀ, ਧੰਨਵਾਦ। ਹੁਣ ਆਪਾਂ ਕਰਨਾ ਕੀ ਆ, ਮੇਰਾ ਸੁਝਾਅ ਇਹ ਹੈ ਵੀ ਜਿਹੜਾ ਵੀ ਸਮਾਂ ਆਪਾਂ ਦੇਣਾ, 3 ਮਹੀਨੇ ਦੇਣਾ ਜਾਂ 2 ਮਹੀਨੇ ਦੇਣਾ, ਉਹ ਇੱਕ ਤਾਂ ਇੱਥੋਂ ਸਾਂਝੀ ਸਾਰਿਆਂ ਦੀ ਇੱਕ ਜਿਹੜਾ ਬਿਆਨ ਜਾਣਾ ਚਾਹੀਦਾ ਵੀ ਕਿੰਨੀ ਤਰੀਕ, ਅੱਜ ਤਰੀਕ ਆ 18, ਜੇ 2 ਮਹੀਨੇ ਸਮਾਂ ਦੇਣਾ ਕਿਹੜੀ ਤਰੀਕ ਬਣਦੀ ਹੈ, 3 ਮਹੀਨੇ ਦੇਣਾ ਕਿਹੜੀ ਤਰੀਕ ਬਣਦੀ ਹੈ, ਉਸ ਤਰੀਕ ਨੂੰ ਅਸੀਂ ਬੁੱਢੇ ਦਰਿਆ ਨੂੰ ਲੁਧਿਆਣੇ ਦੀ ਬਿਲਕੁਲ ਜੜ 'ਚੋਂ ਬੰਦ ਕਰਾਂਗੇ। ਕਿਉਂਕਿ ਜੇ ਆਪਾਂ ਇੱਥੋਂ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਾਰਾ ਪਾਣੀ ਉਛਲ ਕੇ ਬਾਹਾਂ 'ਚ ਵੜ ਜਾਣਾ। ਆਪਾਂ ਉੱਥੋਂ ਬੰਦ ਕਰਾਂਗੇ ਜਿੱਥੋਂ ਪਾਣੀ ਪੈਂਦਾ, ਇੱਕ ਤਾਂ ਇਹ ਸੁਝਾਅ ਮੇਰਾ। ਦੂਜੀ ਗੱਲ ਜਿਹੜੀ ਆਪਣੇ ਕੋਲ 2-3 ਮਹੀਨਾ ਸਮਾਂ ਬੱਚਿਆਂ ਵਾਲੇ ਹੈਗਾ, ਉਹਦੇ 'ਚ ਆਪਾਂ ਜਿਹੜੀ ਕਮੇਟੀ ਨੂੰ ਮਿਲਣਾ, ਜਿਹੜੇ ਇੱਥੋਂ ਦੇ MLA ਨੇ ਉਹਨਾਂ ਦਾ ਘਰਾਓ ਕਰਨਾ, ਉਹਨਾਂ ਦੇ ਘਰਾਂ ਮੂਹਰੇ ਜਾਣਾ, ਕੀ ਉਹਨਾਂ ਕੋਲ ਗੱਲਬਾਤ ਕਰਨੀ ਆ। ਦੂਜਾ ਸੁਝਾਅ ਮੇਰਾ ਇਹ ਹੈ ਵੀ ਜਿਵੇਂ ਆਪਾਂ ਅੱਜ ਲੀਕਿਆ ਵੀ ਆਪਾਂ ਜਿਹੜਾ ਪੱਛਮੀ ਤੋਂ MLA ਦਲਜੀਤ ਭੋਲਾ ਉਹਦੇ ਕੋਲ ਜਾਣਾ, ਉਹਦਾ ਆਪਾਂ ਨੂੰ ਵੀ ਪਤਾ ਹੀ ਹੈ ਵੀ ਉਹੀ ਉਹਨਾਂ ਨੇ ਗੋਲੀਆਂ ਰੋੜਨੀਆਂ ਨੇ, ਵੀ ਕੋਈ ਗੱਲ ਨਹੀਂ ਜੀ ਕਰਦੇ ਹਾਂ ਜੀ ਕਰਾਉਂਦੇ ਹਾਂ। ਜਿੰਨਾ ਚਿਰ ਆਪਾਂ ਐਕਸ਼ਨ ਨਹੀਂ ਕਰਦੇ, ਉਸ ਐਕਸ਼ਨ ਲਈ ਆਪਣੀ ਤਿਆਰੀ ਹੈ ਜਿਹੜੀ ਲਾਮਬੰਦੀ ਹੈ ਉਹ ਵੱਡੇ ਪੱਧਰ 'ਤੇ ਹੋਣੀ ਚਾਹੀਦੀ ਹੈ। ਹਰ ਬੰਦਾ ਹਰ ਖੇਤਰ ਦਾ, ਵੱਖਰੋ ਵੱਖਰੇ ਖੇਤਰਾਂ ਦੇ ਬੰਦੇ ਆਪਾਂ ਇੱਥੇ ਇਕੱਠੇ ਹੋਏ ਹਾਂ, ਹਰ ਖੇਤਰ ਦੇ ਬੰਦੇ ਨੂੰ ਆਪੋ ਆਪਣੇ ਖੇਤਰ ਦੇ ਵਿੱਚ ਜਾ ਕੇ ਪੂਰਾ ਜ਼ੋਰ ਲਾਉਣਾ ਪੈਣਾ, ਤਾਂ ਕਿ ਉਦੇ ਦੀ ਜਿਹੜੀ ਆਪਣੀ ਗਿਣਤੀ ਹੈ, ਜਿਹੜੀ ਤਰੀਕ ਆਪਾਂ ਦਿੱਤੀ ਹੈ, ਸਰਕਾਰ ਨੇ ਜ਼ੋਰ ਲਾਉਣਾ ਵੀ ਅਸੀਂ ਰੋਕਣ ਨਹੀਂ ਦੇਣਾ, ਬੰਦ ਨਹੀਂ ਕਰਨ ਦੇਣਾ, ਆਪਾਂ ਜ਼ੋਰ ਲਾਉਣਾ ਵੀ ਅਸੀਂ ਬੰਦ ਕਰਕੇ ਦੇਣਾ। ਉਦੇ ਦੀ ਤੁਹਾਡੀ ਲਾਮਬੰਦੀ ਇਹੋ ਜਿਹੀ ਹੋਣੀ ਚਾਹੀਦੀ, ਤੁਹਾਡਾ ਹਜ਼ਾਰਾਂ ਦੀ ਗਿਣਤੀ 'ਚ ਪੂਰਾ ਪੰਜਾਬ ਉੱਠ ਕੇ ਇੱਥੇ ਆਵੇ, ਜੇਸਬੀਆਂ ਨਾਲ, ਟਰਾਲੀਆਂ, ਟਰੈਕਟਰ, ਟਿੱਪਰ ਭਰ ਕੇ ਇੱਥੇ ਮਿੱਟੀ ਦੇ ਆਉਣ, ਲਿਆ ਕੇ ਇੱਕਦਮ ਆਪਾਂ ਬੰਦ ਕਰੀਏ ਤਾਂ ਕੋਈ ਹੱਲ ਹੋਣਾ ਨਹੀਂ। ਜਿੰਨੀਆਂ ਮਰਜ਼ੀ ਆਪਾਂ ਮੀਟਿੰਗਾਂ, ਹੁਣ 8 ਸਾਲ ਤੋਂ ਆਪਾਂ ਆ ਰਹੇ ਹਾਂ ਇੱਥੇ, ਆਪਾਂ 16-17 ਤੋਂ ਆਉਣ ਲੱਗੇ ਹਾਂ, ਕਿੰਨੇ ਵਾਰੀ ਆ ਗਏ, ਕੁਲਤਾਰ ਵੀ ਇੱਥੇ ਆ ਗਿਆ, ਭਵੰਤ ਮਾਨ ਖੁਦ ਆਇਆ, ਚੀਮਾ ਆਇਆ,
ਸਾਰੇ ਇੱਥੇ ਆ ਕੇ ਵੀਡੀਓ ਬਣਾ ਬਣਾ ਕੇ ਦੂਜੀਆਂ ਸਰਕਾਰਾਂ ਨੂੰ ਕੋਸ ਕੇ ਲਾਂਭੇ ਦੇ ਕੇ ਮੁੜ ਜਾਂਦੇ ਸੀ। ਜਿਹੜਾ ਆਪਾਂ ਉਵੇਂ ਕਰਨਾ ਤਾਂ ਕੋਈ ਫਾਇਦਾ ਨਹੀਂ, ਕੰਮ ਉਵੇਂ ਚੱਲੀ ਜਾਣਾ। ਦੇਖੋ ਕੰਮ ਛੋਟਾ ਮੋਟਾ ਨਹੀਂ ਹੈਗਾ, ਤੁਹਾਨੂੰ ਵੀ ਪਤਾ ਵੀ ਪਿੱਛੋਂ ਜਿਹੜੇ ਜਿੰਨੇ ਵੀ ਡਾਇੰਗ ਫੈਕਟਰੀਆਂ ਵਾਲੇ ਆ ਜਾਂ ਹੋਰ ਜਿੰਨਾ ਗੰਦ ਪਾ ਰਹੇ ਇੱਥੇ ਬੰਦੇ ਬੈਠੇ ਆ, ਉਹਨਾਂ ਦਾ ਹੱਥ ਦਿੱਲੀ ਤੱਕ ਕੱਢਦਾ। ਦਿੱਲੀਓਂ ਫੋਨ ਆਉਂਦਾ ਉਹ ਸਾਰਾ ਭਵੰਤਰੀ ਜ਼ਰੂਰਤ ਹੀ ਨਾ ਪੈਂਦੀ ਹੋਵੇ ਕਿ ਸਪੀਕਰ ਦੀ ਜ਼ਰੂਰਤ ਨਾ ਪੈਂਦੀ ਹੋਵੇ ਵੀ ਉਹਨੂੰ ਬੰਦ ਕਰ ਦਿਓ ਉੱਥੋਂ। ਹੁਣ ਪਿੱਛੇ ਜੇ ਰੌਲਾ ਪਿਆ, ਸੀਚੇਵਾਲ ਦਾ ਬਿਆਨ ਆਇਆ ਕਿ ਅਸੀਂ 35 ਫੈਕਟਰੀਆਂ 36 ਫੈਕਟਰੀਆਂ ਸੀਲ ਕਰਤੀਆਂ, ਉਹ 35-36 ਫੈਕਟਰੀਆਂ ਮਹੀਨੇ ਬਾਅਦ ਫਿਰ ਚੱਲ ਪਈਆਂ। ਕੀ ਉਹ ਪਾਣੀ ਸਾਫ਼ ਪਾਉਣ ਲੱਗ ਗਈਆਂ, ਕੀ ਉਹਨਾਂ ਨੇ ਟ੍ਰੀਟਮੈਂਟ ਪਲਾਂਟ ਲਾ ਲਏ ਪਾਣੀ ਸਾਫ਼ ਕਰਨ ਲੱਗ ਗਏ, ਜਾਂ ਫੈਕਟਰੀਆਂ ਬੰਦ ਹੋ ਗਈਆਂ, ਜਾਂ ਪਾਣੀ ਕਿੱਥੇ ਪਾਉਣ ਲੱਗ ਗਿਆ? ਉਹੀ ਪਾਣੀ ਉਹੀ ਦਰਿਆ 'ਚ ਆਉਣ ਲੱਗ ਗਿਆ। ਕਾਰਨ ਕੀ? ਤਾਂ ਤੋਂ ਫੋਨ ਆ ਗਿਆ, ਹੁਣ ਇਹਨਾਂ ਦੀਆਂ ਲੱਤਾਂ ਇੰਨਾ ਭਾਰ ਝੱਲਦੀਆਂ ਹੀ ਨਹੀਂ, ਨਾ ਮੁੱਖ ਮੰਤਰੀਆਂ ਝੱਲਦੀਆਂ, ਨਾ ਕਿ ਹੋਰ ਮੰਤਰੀ ਦੀਆਂ ਝੱਲਦੀਆਂ, ਅਤੇ ਆਹ MLA ਦਾ ਵਿਚਾਰੇ ਬਹੁਤ ਦੂਰ ਦੀ ਗੱਲ ਆ। ਸੋ ਇਸ ਕਰਕੇ ਆਪਾਂ ਨੂੰ ਜਿਹੜੀ ਹੁਣ ਦੂਜੇ ਪਾਸੇ ਆਪਾਂ ਗੱਲ ਕਰ ਲੈਂਦੇ ਹਾਂ, ਇੱਥੇ ਦੋ ਬੰਦੇ ਆ, ਇੱਕ ਪਾਸੇ ਰਵਨੀਤ ਬਿੱਟੂ ਹੈ ਜਿਹੜਾ ਹਾਰ ਕੇ ਵੀ ਉਹਨਾਂ ਨੇ ਮੰਤਰੀ ਬਣਾਤਾ, ਉਹ ਦਾਅਵਾ ਕਰਦਾ ਕਿ ਮੈਂ ਪੰਜਾਬ ਨੂੰ ਆਹ ਕਰ ਦੂੰ, ਮੈਂ ਪੰਜਾਬ ਨੂੰ ਉਹ ਕਰ ਦੂੰ, ਉਹਨੂੰ ਵੀ ਮਿਲਣਾ ਚਾਹੀਦਾ, ਮੈਂ ਤਾਂ ਕਹਿੰਦਾ ਉਹਦੇ ਘਰ ਵੀ ਜਾਣਾ ਚਾਹੀਦਾ ਵੀ ਤੂੰ ਲੁਧਿਆਣੇ 'ਚ ਬੈਠਾ, ਤੂੰ ਦੱਸ ਤੇਰੀ ਪਹੁੰਚ, ਤੂੰ ਕਹਿੰਦਾ ਸੈਂਟਰ ਤੱਕ ਹੈ, ਅਮਿਤ ਸ਼ਾਹ ਨਾਲ ਮੇਰੀ ਜਾ ਰਹੀ ਹੈ, ਮੋਦੀ ਨਾਲ ਮੇਰੀ ਇੱਕ ਗੱਲ ਹੈ, ਆਹ ਜ਼ਹਿਰ ਜਿਹੜੀ ਸਾਡੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਬੰਦ ਕਰਾ ਕੇ ਦਿਖਾ, ਬਾਕੀ ਗੱਲਾਂ ਤਾਂ ਬਾਅਦ 'ਚ ਹੋਣਗੀਆਂ। ਜੇ ਆਹ ਜ਼ਹਿਰ ਹੀ ਪੀ ਕੇ ਅਸੀਂ ਮਰ ਗਏ ਤਾਂ ਜਾਂਦੀ ਨਾ ਰਹੇ ਤਾਂ ਬਾਕੀ ਗੱਲਾਂ ਕੀ ਹੋਣਗੀਆਂ ਨੇ ਇੱਥੇ? ਦੂਜੀ ਗੱਲ, ਰਾਜਾ ਵੜਿੰਗ ਹੈ, ਕਦੇ ਚਾਹ ਪੀ ਕੇ ਮੁੜ ਜਾਂਦਾ ਰੇਹੜੀਆਂ 'ਤੇ ਆ ਕੇ, ਕਦੇ ਸਮੋਸੇ ਖਾ ਕੇ ਮੁੜ ਜਾਂਦਾ, ਕਦੇ ਡਰਾਮੇਬਾਜ਼ੀਆਂ ਕਰਕੇ ਮੁੜ ਜਾਂਦਾ, ਉਹਨੂੰ ਪੁੱਛੋ ਵੀ ਤੂੰ MP ਆ ਲੁਧਿਆਣਾ, ਤੂੰ ਦੱਸ ਕੀ ਹੱਲ ਕਰਕੇ ਦੇਗਾ? ਉਹਦੇ ਘਰ ਵੀ ਜਾਣਾ ਚਾਹੀਦਾ। ਸੋ ਜਿਹੜੇ ਆਪਣੇ ਕੋਲ ਆ 2-3 ਮਹੀਨਾ ਸਮਾਂ ਆਪਾਂ ਦੇਣਾ, ਸਾਰਿਆਂ ਦੇ ਘਰੋਂ ਘਰੀ ਜਾ ਕੇ ਲਾਮਬੰਦੀ ਕਰਕੇ 1 ਤਰੀਕ ਮਿਥ ਕੇ ਦੇ ਦਿਓ ਵੀ ਇਸ ਤਰੀਕ ਨੂੰ ਅਸੀਂ ਬੁੱਢੇ ਦਰਿਆ ਨੂੰ ਬਿਲਕੁਲ ਬੰਦ ਕਰਾਂਗੇ, ਮਿੱਟੀ ਨਾਲ ਬੰਦ ਕਰਾਂਗੇ, ਨਹੀਂ ਉਦੋਂ ਪਹਿਲਾਂ ਸਰਕਾਰ ਇਹਦਾ ਹੱਲ ਕਰਕੇ ਦੇਵੇ। ਧੰਨਵਾਦ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਇਹਦਾ ਮੀਟਿੰਗ ਹੈ ਜੀ ਖਾਲਸਾ।